اے اللہ ہم تیری ہی عبادت کرتے ہیں اور تجھ سے مدد مانگتے ہیں۔ آواز کی دنیا کے دوستو السلام علیکم، میرا اینیمل ٹی وی تے خوش آمدید۔ میں تہاڈا میزبان محمد افضل تے تسی ویکھدے پئے ہو میرا اینیمل ٹی وی۔ میرا اینیمل ٹی وی لائک کرو، سبسکرائب کرو، شکریہ، تے نال ہی لگے بیل آئیکن دے بٹن دباؤ تاکہ میری ہر نویں آن والی لیٹسٹ ویڈیو دوستاں میرے تک سب تو پہلے پہنچے۔ جناب میری دعا ہے میرے دوست ویر، میرے سبسکرائبر اور میرا اینیمل ٹی وی دے نال پیار کرن والے جتھے بھی وس رہے نے خوش وس رہے نے، اللہ تعالیٰ دی ٹیر رحمتاں نازل ہو رہی نے۔ جناب آج دوستاں میرا دی خدمت دے وچ جڑے دو تحفے لے کے حاضر ہویا، ایک دن پہلے لگائے سی اللہ دے فضل دے نال گھر دی شان سن تے انمول ہیرے سی، انمول تحفے سی، گلاں نہیں، اللہ دے فضل دے نال گاواں دے کولے انیاں خوبصورتیاں، انیاں سوہنیاں کہ تعریف اس سنے مالک دی ذات دی ہے، تے باقی جناب گاواں چ کوئی شک نہیں، ایڈیاں سوہنیاں اور ایڈیاں سیل شراف اور صاف ستھریاں، سچیاں تے کھریاں۔ اللہ دے فضل دے نال میری سائڈ تے، سجی سائڈ تے اور جناب کھبی سائڈ تے دو تحفے کھڑے نے میرے بڑے ہی پیارے دوست نے سرائے عالمگیر تو خادم رسول صاحب، اللہ تعالیٰ انہوں نے نصیب کرے۔ انہوں نے جناب یہ دوویں تحفے بھائی امتیاز دے سن، دوویں تحفے جناب پسند کر لیا سی تے بیانہ کروایا جناب، تے اج جناب پیمنٹ انہوں نے آئیے تے اج اسی دن ہی لوڈ کر کے سرائے عالمگیر، اے گھر دی شان، اے گاواں، اے تحفے سرائے عالمگیر، اج دی فلیٹ اڈے گی جناب اللہ دے فضل دے نال۔ باقی دوستاں نوں پتہ ہے میرا اینیمل ٹی وی پنجاب دا واحد چینل ہے جڑا اعتماد والا ہے، اور پنجاب دا نمبر ون چینل ہے جڑا اپنی کمٹمنٹ تو پیچھے نہیں ہٹدا، تے اللہ دے فضل دے نال انہاں دونوں گاواں دا بیانہ کل آیا ہے، تے اس تو بعد 500 بندیاں نے یہ گاواں دوویں منگیاں نے پر نہیں دتیاں، اے امانت، اے دوویں گاواں خادم رسول صاحب دی امانت ہو گیاں سی ਤੇ ਉਹਨਾਂ ਦੀ ਅਮਾਨਤ ਨੇ ਤੇ ਉਹਨਾਂ ਦੀ ਅਮਾਨਤ ਉਹਨਾਂ ਦੇ ਘਰ ਜਾਵੇਗੀ ਅੱਲਾ ਦੇ ਫਜ਼ਲ ਦੇ ਨਾਲ। ਉਹਨਾਂ ਦਾ ਬਿਆਨਾ ਹੋ ਗਿਆ ਸੀ, ਅੱਜ ਪੇਮੈਂਟ ਹੋਈ ਹੈ। ਦੋਸਤਾਂ ਨੂੰ ਦੱਸੀਦਾ ਜਿਸ ਬੰਦੇ ਦਾ ਬਿਆਨਾ ਟੋਕਨ ਹੋ ਜਾਂਦਾ ਉਹਦੀ ਅਮਾਨਤ ਹੋ ਜਾਂਦੀ, ਉਸ ਤੋਂ ਬਾਅਦ ਕਦੇ ਗਾਵਾਂ ਦਿੱਤੀਆਂ ਨਹੀਂ। ਤੇ ਦੋਸਤ ਵੀਰ ਢੇਰ ਨਾਰਾਜ਼ ਹੁੰਦੇ ਨੇ ਕਿ ਅਫਜ਼ਲ ਬਾਈ ਜਦੋਂ ਗੱਲ ਕਰੀਏ ਉਦੋਂ ਤੁਸੀਂ ਕਹਿੰਦੇ ਜੇ ਜਾਨਵਰ ਸੇਲ ਹੋ ਜਾਂਦਾ, ਤੇ ਜਾਨਵਰ ਸੇਲ ਹੁੰਦਾ ਅੱਲਾ ਦੇ ਫਜ਼ਲ ਦੇ ਨਾਲ। ਦੋਸਤ ਵੀਰ ਮੇਰਾ ਐਨੀਮਲ ਟੀ ਵੀ ਵੇਖਦੇ ਨੇ, ਵੇਖ ਕੇ ਤੇ ਆਪ ਖੁਦ ਅੰਦਾਜ਼ਾ ਕਰ ਲੈਣ ਕਿ ਮੇਰਾ ਐਨੀਮਲ ਟੀ ਵੀ ਕੰਮ ਕੈਸਾ ਕਰਦਾ ਅੱਲਾ ਦੀ ਫਜ਼ਲ ਦੇ ਨਾਲ। ਇਹ ਦੋਸਤਾਂ ਨੂੰ ਮੇਰੀ ਅਪੀਲ ਹੈ, ਮਿਆਰ ਚਾਹੀਦਾ, ਮਿਆਰ ਲੈਣਾ ਤੇ ਮੇਰਾ ਐਨੀਮਲ ਟੀ ਵੀ ਦਾ ਇੰਤਖਾਬ ਕਰਨਾ, ਮੇਰਾ ਐਨੀਮਲ ਟੀ ਵੀ ਤੋਂ ਪਿੱਛੇ ਨਹੀਂ ਹਟਣਾ। ਇਹ ਦੋਸਤਾਂ ਨੂੰ ਦੱਸਾਂਗੇ, ਬਾਕੀ ਗੱਲਾਂ ਬਹੁਤ ਨੇ, ਅੱਜ ਦੇ ਤੋਹਫੇ ਵੀ ਦਿਖਾਉਣੇ ਨੇ, ਅੱਜ ਦੇ ਅਨਮੋਲ ਹੀਰੇ ਵੀ ਵਹਾਣੇ ਨੇ ਜਿਹੜੇ ਕਿ ਸਰਾਏ ਆਲਮਗੀਰ ਜਾ ਰਹੇ ਨੇ। ਅਗਰ ਮੇਰੀ ਆਵਾਜ਼ ਸੁਣਦੇ ਪਏ ਨੇ ਖਾਦਮ ਰਸੂਲ ਸਾਹਿਬ ਤੇ ਉਹਨਾਂ ਨੂੰ ਜਨਾਬ ਪਿਆਰ ਭਰਾ, ਮੁਹੱਬਤ ਭਰਾ ਜਨਾਬ ਸਲਾਮ, ਗਾਇ ਰੋਕਣੀ ਹੈ। ਮੇਰੀ ਸੱਜੀ ਸਾਈਡ ਤੇ ਔਰ ਖੱਬੀ ਸਾਈਡ ਤੇ ਦੋ ਤੋਹਫੇ ਸਰਾਏ ਆਲਮਗੀਰ ਜਾ ਰਹੇ ਨੇ ਤੇ ਤਸੱਲੀ ਨਾਲ ਅੱਜ ਫਿਰ ਦਿਖਾਉਣੇ ਨੇ, ਫਿਰ ਲੋਡ ਕਰਨੇ ਨੇ। ਔਰ ਦੋਸਤਾਂ ਨੂੰ ਦੱਸਦੇ ਜਾਈਏ, ਅਗਰ ਸੋਨਾ ਲੈਣਾ ਤੇ ਮੇਰਾ ਐਨੀਮਲ ਟੀ ਵੀ ਤੋਂ ਲੈਣਾ, ਪਿੱਤਲ ਲੈਣਾ ਤੇ ਜੱਗ ਸਾਰਾ ਪਿਆ ਜਿੱਥੋਂ ਮਰਜ਼ੀ ਲੈ ਲੈਣਾ, ਇਹ ਮੇਰਾ ਐਨੀਮਲ ਟੀ ਵੀ ਦੀ ਆਵਾਜ਼ ਹੈ, ਮਿਆਰ ਤੋਂ ਪਿੱਛੇ ਨਹੀਂ ਹਟਦਾ ਮੇਰਾ ਐਨੀਮਲ ਟੀ ਵੀ। ਇਹ ਵਾਹਦ ਚੈਨਲ ਹੈ ਜਿਹੜਾ ਮਿਆਰ ਦਿੰਦਾ ਗਾਵਾਂ ਦਾ। ਉਹ ਗਾਏ ਨੰਬਰ ਇੱਕ ਕਿਹੜੀ ਸੀ ਜਨਾਬ? ਲਿਆਓ ਜੀ ਗਾਏ ਨੰਬਰ ਇੱਕ ਅੱਗੇ ਕਰੋ। ਇਹ ਜਨਾਬ ਦੋਸਤ ਵੀਰ ਵੇਲੇ ਇੱਥੇ ਰੋਕ ਲਓ, ਇਹ ਜਨਾਬ ਗਾਏ ਨੰਬਰ ਇੱਕ ਸੀ ਸਾਈਵਾਲ ਤੇ ਚੋਲਸਤਾਨੀ ਕ੍ਰਾਸ, ਮਾਸ਼ਾਅੱਲਾ ਗਾਏ ਦੇ ਕੋਲੇ ਨੀਰ ਦੁੱਧ ਢੇਰ ਅੱਲਾ ਦੇ ਫਜ਼ਲ ਦੇ ਨਾਲ, ਔਰ ਪਿੱਛੇ ਵੱਛੀ ਸੀ, ਕਿਆ ਬਾਤ ਸੀ ਇਹ ਗਾਏ ਦੀ, ਔਰ ਇਤਨੀਆਂ ਖੂਬਸੂਰਤੀਆਂ ਦੇ ਵਿੱਚ, ਸੁਭਾਨ ਅੱਲਾ, ਮਾਸ਼ਾਅੱਲਾ, ਸੁਭਾਨ ਤੇਰੀ ਕੁਦਰਤ। ਰੋਕ ਲਿਆ ਭਾਈ ਦੂਸਰੀ ਗਾ। ਇਹ ਜਨਾਬ ਗਾਏ ਨੰਬਰ ਇੱਕ ਸੀ ਸਾਈਵਾਲ ਚੋਲਸਤਾਨੀ ਕ੍ਰਾਸ, ਇਹ ਜਾ ਰਹੀ ਜਨਾਬ ਸਰਾਏ ਆਲਮਗੀਰ ਖਾਦਮ ਰਸੂਲ ਸਾਹਿਬ ਦੇ ਘਰ, ਦੋਵੇਂ ਗਾਵਾਂ ਖਾਦਮ ਰਸੂਲ ਸਾਹਿਬ ਦੇ ਘਰ ਜਾਣੀਆਂ ਨੇ। ਗਾਏ ਨੰਬਰ ਇੱਕ ਦਾ ਹੱਥ ਦੀਏ, ਗਾਏ ਦੀਆਂ ਜਨਾਬ ਬਰੀਕੀਆਂ ਔਰ ਖੂਬਸੂਰਤੀਆਂ ਖੁਦ ਵੇਖ ਲੈਣ, 1,75,000 ਮੁੱਲ ਕੀਤਾ ਸੀ। ਇਹ ਜਨਾਬ ਗਾਏ ਨੰਬਰ ਦੋ ਅੱਗੇ ਕਰੋ ਜੀ, ਗਾਏ ਨੰਬਰ ਦੋ ਚੋਲਸਤਾਨੀ ਅਤੇ ਜਰਸੀ ਕ੍ਰਾਸ, ਇੱਥੇ ਰੋਕੋ ਜੀ।
ਚੋਲਸਤਾਨੀ ਜਰਸੀ ਕ੍ਰਾਸ ਮਾਸ਼ਾਅੱਲਾ ਪਹਿਲਾ ਵਾਰਾ ਸੂਈ ਸੀ, ਗਾਏ ਨੰਬਰ ਇੱਕ ਦੂਸਰਾ ਵਾਰਾ ਸੂਈ ਸੀ, ਇਹਨਾਂ ਵੀ ਜਨਾਬ 1,75,000 ਮੁੱਲ ਕੀਤਾ ਸੀ ਅੱਲਾਹ ਦੇ ਫਜ਼ਲ ਦੇ ਨਾਲ। ਮੇਰਾ ਐਨੀਮਲ ਟੀਵੀ ਤੋਹਫੇ ਦਿੰਦਾ ਅਤੇ ਘਰ ਬਹਿ ਕੇ ਦਿੰਦਾ ਅਤੇ ਘਰ ਬੈਠਿਆਂ ਦੇ ਅੱਲਾਹ ਦੇ ਫਜ਼ਲ ਦੇ ਨਾਲ ਸ਼ੌਕ ਵੀ ਪੂਰੇ ਕਰਾਵਾਂਗੇ। ਪਿੱਛੇ ਜਨਾਬ ਇਹਦੇ ਵੱਛਾ ਸੀ, ਦੋਸਤ ਵੀਰ ਵੇਖ ਲੈਣ, ਤਸੱਲੀਆਂ ਕਰ ਲੈਣ ਗਾਏ ਦੀਆਂ, ਇਸ ਦੀਆਂ ਵੀ ਖੂਬਸੂਰਤੀਆਂ ਕਿਉਂਕਿ ਪਹਿਲਣ ਸੀ ਔਰ ਲੱਭਾ ਸਵਾਨੇ ਦੀ ਸੋਹਣੀ ਸੁੱਚੀ ਅਤੇ ਖਰੀ ਦੋਵਾਂ ਗਾਵਾਂ ਦੀ ਚੁਆਈ ਕਰਕੇ ਲੋਡ ਕਰਨ ਲੱਗੇ ਹਾਂ। ਅੱਲਾਹ ਤਾਲਾ ਭਾਈ ਖਾਦਮ ਰਸੂਲ ਦੇ ਨਸੀਬ ਕਰੇ, ਪੀੜਾ ਨਸੀਬ ਕਰੇ। ਅੱਜ ਦੀ ਫਲੈਟ ਉੱਡਣ ਲੱਗੀ, ਲੈ ਚਲੋ ਜੀ, ਖੈਰ ਹੋ ਗਈ ਦੋਵਾਂ ਗਾਵਾਂ ਦੀ। ਅੱਲਾਹ ਤਾਲਾ ਭਾਈ ਦੇ ਨਸੀਬ ਕਰੇ, ਇਕੱਠੀਆਂ ਲੈ ਕੇ ਜਾਓ ਜੀ, ਦੁਆ ਦੇਣੀ ਹੈ। ਅੱਲਾਹ ਤਾਲਾ ਭਾਈ ਖਾਦਮ ਦੇ ਨਸੀਬ ਕਰੇ। ਮੇਰਾ ਐਨੀਮਲ ਟੀਵੀ ਪੰਜਾਬ ਦਾ ਵਾਹਦ ਚੈਨਲ ਹੈ ਜਿਹੜਾ ਕੰਮ ਕਰਦਾ ਸੁੱਚਾ ਅਤੇ ਖਰਾ, ਔਰ ਘਰ ਬੈਠਿਆਂ ਸ਼ੌਕ ਪੂਰੇ ਕਰਾਉਂਦਾ ਔਰ ਔਨਲਾਈਨ ਜਾਨਵਰ ਦਿੰਦਾ ਘਰ ਬੈਠਿਆਂ, ਕਿਉਂਕਿ ਔਨਲਾਈਨ ਜਾਨਵਰ ਅਤਮਾਦ ਗਰੰਟੀਆਂ ਹੋਣ ਅਤੇ ਦੋਸਤ ਵੀਰ ਜਨਾਬ ਪੈਸੇ ਕਰਵਾਉਂਦੇ ਨੇ, ਔਰ ਮੇਰਾ ਐਨੀਮਲ ਟੀਵੀ ਅੱਲਾਹ ਦੇ ਫਜ਼ਲ ਦੇ ਨਾਲ ਅਤਮਾਦ 'ਤੇ ਕੰਮ ਕਰਦਾ। ਦੋ ਗਾਵਾਂ ਜਨਾਬ ਇੱਕੇ ਘਰ ਦੀ ਸ਼ਾਨ ਬਣਨਗੀਆਂ, ਇੱਕ ਹੀ ਘਰ ਜਾ ਰਹੀਆਂ ਨੇ ਸਰਾਏ ਆਲਮਗੀਰ। ਪਿਆਰ ਨਾਲ ਪਰਾਲੀ ਹੋਰ ਪਾਣੀ ਸੀ, ਚਲੋ ਪਾ ਲੈਂਦੇ ਹਾਂ। ਦੋਵੇਂ ਗਾਵਾਂ ਦੋਵੇਂ ਤੋਹਫੇ ਲੋਡ ਕਰੋ ਤਸੱਲੀ ਨਾਲ। ਵੱਛੀ ਨੂੰ ਅਲੱਗ ਬੰਨਣਾ ਉਸ ਗਾਂ ਦੇ ਅੱਗੇ, ਦੂਸਰੀ ਦਾ ਵੱਛਾ ਅਲੱਗ ਬੰਨਣਾ, ਇਹ ਵੱਛਾ ਫਿਰ ਥੱਲੇ ਲੱਗਦਾ ਪਿਆ। ਬੱਚਾ ਚੱਕ ਕੇ ਵੀ ਚੱਕ ਕੇ ਬੜੇ ਪਿਆਰ ਨਾਲ, ਇਹ ਅਮਾਨਤਾਂ ਨੇ ਅਤੇ ਅੱਲਾਹ ਤਾਲਾ ਇਹਨਾਂ ਅਮਾਨਤਾਂ ਨੂੰ, ਇਹਨਾਂ ਦੋਵਾਂ ਗਾਵਾਂ ਨੂੰ ਖੈਰੀ ਸਲਾਮਤੀ ਭਾਈ ਖਾਦਮ ਰਸੂਲ ਦੇ ਘਰ ਪਹੁੰਚਾਏ ਅਤੇ ਅੱਲਾਹ ਦੇ ਫਜ਼ਲ ਦੇ ਨਾਲ ਦੋਸਤ ਵੀਰ ਮੇਰਾ ਐਨੀਮਲ ਟੀਵੀ 'ਤੇ ਇਤਮਾਦ ਕਰਦੇ ਨੇ, ਅਤੇ ਮੇਰਾ ਐਨੀਮਲ ਟੀਵੀ ਵੀ ਅੱਲਾਹ ਦੇ ਫਜ਼ਲ ਦੇ ਨਾਲ ਦੋਸਤਾਂ ਵੀਰਾਂ ਦੀ ਚਾਹਤਾਂ ਠੁਕਰਾਉਂਦਾ ਨਹੀਂ, ਨਾ ਹੀ ਠੁਕਰਾਏਗਾ। ਧੱਕਾ ਲਾ ਕੇ ਲੋਡ ਕਰੋ, ਚਾਹੇ ਸਰੀਆ ਲਾਉਣਾ ਸਰੀਆ ਲਾ ਲਓ, ਸਰੀਆ ਲਾਉਣਾ ਸਰੀਆ ਲਾ ਲਓ। ਜਾਨਵਰਾਂ ਦੀਆਂ ਖੂਬਸੂਰਤੀਆਂ ਦੋਸਤਾਂ ਨੇ ਖੁਦ ਚੈੱਕ ਕਰਨੀਆਂ ਨੇ, ਅਤੇ ਅੱਲਾਹ ਦੇ ਫਜ਼ਲ ਦੇ ਨਾਲ ਜਿਸ ਘਰ 'ਚ ਜਾਣਗੀਆਂ ਉਹ ਘਰ ਦੀ ਸ਼ਾਨ ਹੀ ਬਣਨਗੀਆਂ। ਗੱਲਾਂ ਨਹੀਂ ਕਰਦਾ ਮੇਰਾ ਐਨੀਮਲ ਟੀਵੀ। ਯਾਰ ਸਰੀਆ ਲਾ ਲਓ, ਹਾਂ ਦੋਵਾਂ ਪਾਸੋਂ ਸਰੀਆ ਲਾਓ, ਹਾਂ ਉਹ ਪਰਲੇ ਪਾਸੇ ਟੰਗੇ ਨਹੀਂ ਹੋਇਆ, ਕਿੱਧਰ ਟੰਗਿਆ, ਲਾਓ ਯਾਰ ਇੱਧਰ ਸਰੀਆ ਪਿਆ। ਵੀਡੀਓ ਲੰਬੀ ਹੁੰਦੀ ਪਈ ਇਹ, ਜਲਦੀ ਕਰੋ, ਲੋਡਿੰਗ ਦੀ ਵੀਡੀਓ ਹੈ, ਵੀਡੀਓ ਲੰਬੀ ਹੁੰਦੀ ਪਈ। ਚੱਲ ਆ ਸਰੀਆ ਲਾ ਯਾਰ, ਆ ਸਰੀਆ ਲਾ, ਉਹ ਰੱਸਾ ਖੋਲ ਕੇ ਫੜੇ ਅੱਗੋਂ ਲਾਓ ਵੀ। ਚਲੋ ਜੀ ਮਾਸ਼ਾਅੱਲਾ ਜੀ, ਨਹੀਂ ਨਹੀਂ ਪਿਆਰ ਨਾਲ ਲੋਡ ਕਰਨੀ ਯਾਰ, ਪਿਆਰ ਨਾਲ ਲੱਤ ਚੱਕ ਕੇ ਉੱਤੇ ਰੱਖੋਗੇ ਨਾ ਤੇ ਗਾਂ ਖੁਦ ਹੀ ਲੋਡ ਹੋ ਜਾਣੀ। ਲੱਤ ਚੱਕ ਕੇ ਉੱਤੇ ਰੱਖੋ ਯਾਰ, ਲੱਤ ਚੱਕ ਕੇ ਉੱਤੇ ਰੱਖੋਗੇ ਤੇ ਫਿਰ ਗਾਇ ਨੇ ਚੜ੍ਹਨਾ। ਲੱਤ ਚੱਕ ਕੇ ਉੱਤੇ ਰੱਖੋ, ਲੱਤ ਚੱਕ ਕੇ ਉੱਤੇ ਰੱਖੋ। ਚੱਲ ਧੱਕਾ ਲਾਓ, ਧੱਕਾ ਲਾਓ, ਚਲੋ ਚਲੋ ਜੀ, ਚਲੋ ਚਲੋ ਧੱਕਾ ਲਾਓ ਜੀ, ਧੱਕਾ ਲਾਓ। ਨਹੀਂ ਨਹੀਂ ਪਿੱਛੋਂ ਸਰੀਆ ਨਾ ਚੱਕ ਦਿਓ, ਹਾਂ ਦੋਵੇਂ ਯਾਰ ਯਾਰ ਸਰੀਆ ਲਾਓ, ਹਾਂ ਯਾਰ ਪਹਿਲੀ ਵਾਰੀ ਲੋਡ ਕਰਨ ਲੱਗੇ ਜੀ, ਚੱਕ ਦਿਓ ਸਰੀਆ ਨਾ, ਚਲੋ
ਅੱਲਾ ਦੇ ਸਬੂਰਦ, ਬਸ ਇੰਨਾ ਹੀ ਕੰਮ ਹੈ, ਬਸ ਲੋਡ ਹੋ ਗਈ ਦੂਸਰੀ ਵੀ ਲੋਡ ਕਰੋ, ਇੰਨਾ ਹੀ ਕੰਮ ਹੈ, ਅਲੱਗ ਅਲੱਗ ਬੱਚੇ ਬੰਨੋ, ਦੂਸਰੀ ਵੀ ਖੋਲੋ, ਡਾਲਾ ਸਹੀ ਜਗ੍ਹਾ ਤੇ ਲਾ ਲੈਂਦੇ ਨਾ ਪਹਿਲੇ ਹੀ। ਚਲੋ ਆ ਪਕੜੋ ਵੀ ਦੂਸਰੀ ਗਾਏ ਵੀ, ਇਹ ਗਾਏ ਨੇ ਖੁਦ ਹੀ ਚੜ ਜਾਣਾ ਮਾਸ਼ਾਅੱਲਾ, ਛੱਡੀ ਨਾ ਉਹ ਰਸਾ ਟੁੱਟ ਗਿਆ, ਲੈ ਕੇ ਆਓ ਗਾਏ ਨੂੰ ਲੈ ਕੇ ਆਓ। ਅੱਛਾ ਪਹਿਲੇ ਲੈ ਚਲੋ, ਇਹ ਪਿੱਛੋਂ ਧੱਕਾ ਲਾਈ ਯਾਰ, ਪਿੱਛੋਂ ਧੱਕਾ ਲਾਈ, ਪਰਲੇ ਪਾਸੋਂ ਪਰਲੇ ਚੱਲ, ਪਿਆਰ ਨਾ ਪਿਆਰ ਨਾ ਪਿਆਰ ਨਾ। ਚਲੋ ਜੀ ਚਲੋ ਜੀ, ਮਾਸ਼ਾਅੱਲਾ ਲੋਡ ਹੋ ਗਈ ਜੀ, ਲਾਈ ਧੱਕਾ ਲਾਈ ਯਾਰ, ਪਿੱਛੋਂ ਧੱਕਾ ਲਾਈ, ਧੱਕਾ ਲਾਈ, ਧੱਕਾ ਲੱਤ ਚੱਕਦੀ ਯਾਰ, ਧੱਕਾ ਲਾ ਕੇ ਲੋਡ ਕਰੋ ਕਰੋ ਕਰੋ, ਲੱਤ ਨਹੀਂ ਚੱਕਦੀ ਪਈ ਨਾ, ਚਲੋ ਜੀ ਲੱਤ ਚੁਕਾਓ ਨਾ, ਆਪੇ ਚੜ ਜਾਏਗੀ ਪਾਈ ਤੇ, ਚਲੋ ਅੱਛਾ ਸਹਿਮੀ ਖੜੀ ਚਾ ਟੁਰਦੀ ਨਹੀਂ ਪਈ, ਅੱਗੇ ਕਰੋ ਅੱਗੇ ਕਰੋ ਅੱਗੇ ਕਰੋ, ਮਾਸ਼ਾਅੱਲਾ ਜੀ ਲੋ ਜੀ ਭਾਈਜਾਨ ਗਾਵਾਂ ਦੋਵੇਂ ਲੋਡ ਹੋ ਗਈਆਂ ਨੇ ਮਾਸ਼ਾਅੱਲਾ, ਅੱਲਾ ਤਾਲਾ ਭਾਈ ਖਾਦਮ ਦੇ ਨਸੀਬ ਕਰੇ, ਅਤੇ ਇੱਕ ਗਾਂ ਨੇ ਬੜਾ ਤੰਗ ਕੀਤਾ, ਚੜ੍ਹਦੀ ਨਹੀਂ ਪਈ ਸੀ ਮਾਸ਼ਾਅੱਲਾ, ਬਾਕੀ ਦੋਵੇਂ ਗਾਵਾਂ ਜਨਾਬ ਲੋਡ ਹੋ ਗਈਆਂ ਨੇ, ਭਾਈ ਖਾਦਮ ਰਸੂਲ ਦੀ ਅਮਾਨਤ ਸਨ ਜਨਾਬ, ਅੱਲਾ ਤਾਲਾ ਭਾਈ ਦੇ ਨਸੀਬ ਕਰੇ। ਇਹ ਜਨਾਬ ਡਰਾਈਵਰ ਹੈ ਭਾਈ ਜਾਨ, ਇੱਧਰ ਤਸਵੀਰ ਦਿਖਾਓ ਆਪਣੀ, ਇਹ ਜਨਾਬ ਡਰਾਈਵਰ ਹੈ, ਡਾਲਾ ਨੰਬਰ ਦਿਖਾ ਦਿੰਦੇ ਹਾਂ, ਇਹ ਜਨਾਬ ਡਾਲਾ ਨੰਬਰ ਹੈ 4682। ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ, ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਨਾਬ, ਯਾਰ ਪਰਾਲੀ MLG 4682। ਫਿਰ ਮਿਲਾਂਗੇ ਇੱਕ ਅੱਛੀ ਵੀਡੀਓ ਅੱਛੀ ਗਾਇਕ ਦੇ ਨਾਲ, ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ, ਪਾਕਿਸਤਾਨ ਜ਼ਿੰਦਾਬਾਦ।